जनाब क्या हाल है भाई? ठीक हो करिया थे और वसीम भाई मिले जनाब जैसे ने इन्होंने भी यूट्यूब चैनल है पिया वसीम फोर के मूवीज दे होते और इफेक्टिव मुलाकात थी होमी गुड पर्सन है पर माशाल्लाह अच्छा लगे मैं कैसा ही कमाल और नेक्स्ट टाइम इंशाल्लाह कोशिश करें तो जल्द से मीट अप करें जनाब मेहरबानी कमाल भाई अच्छा तो सब से दसे प्यार है कुछ ये था असा मतलब अटक नहीं हम सुधार के ਉਤਨ ਨਾਲ ਸੰਭਿਤਾ ਸਾਰੇ ਕੋਲ 45 ਕੁਤਾਵਾਂ ਨੇ ਨਾਲ ਤੇ ਬੰਦੇ ਨਾਲ ਜਿਸੇ ਨਾਲ ਨਾਲ ਉਹਨਾਂ ਨਾਲ ਚੱਲੇ ਆ ਜੇ ਪਹੁੰਚਿਆ ਜਿਹੜੇ ਵੇਲੇ ਫਸਲ ਉਹ ਜੰਗਲ ਨੂੰ ਬਲੇ ਤੇ ਹੈ ਨਾ ਪਿਆ ਠੀਕ ਹੈ ਉਹ ਵਾਲਾ ਪਿੱਛੇ ਜੰਗਲ ਦੇ ਜੂ ਕੁੱਤੇ ਛੁੜੇ ਨੇ ਕੋ ਨਿਕਲੇ ਨੇ ਆਉਣ ਤੇ ਜਦ ਕੋ ਗਿੱਦੜੇ ਸੁਵਾਰੇ ਠੀਕ ਹੈ ਦਾ ਉਹ ਤਾਂ ਇਹ ਜ਼ਿਆਦਾ ਇਹ ਅਟਕ ਦੇ ਵਿੱਚ ਜ਼ਿਆਦਾ ਤੋਂ ਪਿੱਛੇ ਉਹ ਛੁੜੇ ਦੇ ਆ ਬੰਦੇ ਹਰ ਪਾਸੋਂ ਜਿਹੜੇ ਤਾਂ ਟੱਕ ਦੇ ਖੜੇ ਹੋਣੇ ਤਾਂ ਉਹ ਪਿੱਛੇ ਅਸਾਂ ਕੋਸ਼ਿਸ਼ ਕਰ ਰਹੇ ਨੇ ਦੋਰਾ ਛੁੜਾ ਸਿਰਫ ਦੋਰਾ ਨਹੀਂ ਕਹਿੰਦੇ ਜਿੱਦਾਂ ਬਲਾ ਪਕੜੀ ਤੇ ਉਹ ਬਲਾ ਨਹੀਂ ਸਿੱਟ ਗਿਆ ਅਜਾ ਉਹ ਬਲਾ ਕਰ ਰਿਹਾ ਸੀ ਬਲਾ ਸਿੱਟ ਗਿਆ ਜਦ ਮਰੀ ਨਾ ਮਰੀ ਦੇ ਸਮੇਂ ਵਿੱਚ ਤਾਂ ਕਮਲ ਸਿੱਟੇ ਕੇ ਬਈ ਅਜਾ ਵਲ ਮਲਿਕ ਮੁਸਤਫਾ ਕਰ ਸਿਕਾਰ ਦੇ ਮੈਂ ਉਹ ਨਾਲ ਕੱਟ ਲਗਾ ਮੈਂ ਮੁਸਤਫਾ ਕਰ ਅਸਾਂ ਜਾਣ ਅਸਾਂ ਜਾਣ ਅਸਾਂ ਜਾਣ ਨਹੀਂ ਗਾਸਾਂ ਉਹ ਵੀ ਸਮੇਂ ਵਿੱਚ ਜਿਹੜੇ ਲਈ ਲੱਗਦੇ ਨਾ ਵੰਜੋ लगते मैंने आपस कुत्ते नाल वापस पै गए ये तो सब बेहतर जान दे मैं कितने लगे ना इन्वॉल्व है सिर्फ किया नहीं तो लगता है कि किया नहीं है जी जी नहीं तो बाकी तो सरकार भी उसको साथ आ गई ओए बिल्कुल ठीक है ना ठीक है ना ना उन्होंने एक मिनट मैं से सब पता ना लग सी पता ना गए छोटे को पेन पास लाए हैं कमाल बन मैं एक पे एक मौका मत समझ जा छिहत्तर 28 24 वसीम अब्बास वसीम फोर के जी जी पहाड़ मैं दो लक्ष किलो करें अच्छा माशाल्लाह माशाल्लाह मैं थोड़ा बना मेरा मैं इसका लेना देना नंबर से तो इन इतना मैं व्हाट्सएप का जरा सब लिंक सेंड कर रहा हूं लेकिन चलो मैं आईडिया दे देना अगर मैं को नेक्स्ट समय जाने वाला पकड़ मैं करके ये तो गल बात है हां ते मलिक मुस्तफा घर का शिकार दिंदे मैं बिल्कुल नाल उन्होंने डड़े दोते छड़ा में छड़ा में जी बिल्कुल मसे जेरे ले होसी कदो टली मार दे और वाला पता क्या मलिक मुस्तफा का खड़ा है ये वजह बोलो अली रो बड़ा सर 50-60 गला खड़ी थी अपनी ओला गन्ना 2 किलो 3 किलो गन्ना जेरा है वो बिल्कुल सब भी हुई सिर्फ भले ही बस रखा है सिर्फ खवा वास उन दे विच खड़े होते भले ही इंशाल्लाह था ज्वाइन कर चल ठीक हो करिए थे और वसीम भाई मिले जनाब जैसे ने इन्होंने भी यूट्यूब चैनल है पिया वसीम फोर के मूवीज दे होते और इफेक्टिव मुलाकात थी होमी गुड पर्सन है माशाल्लाह अच्छा लगे मैं कैसा ही कमाल और नेक्स्ट टाइम इंशाल्लाह कोशिश करें तो जल्द से मीट अप करें रात को मेहरबानी कमाल ये यार मुखालिफ साइड ही दो उडो मान उडो चिपका यार आवाम बैठी थे शुगल के वास्ते नाल कुत्ते भी टक्क पकड़ी बैठी है जबरदस्त ऐसा क्यों नहीं मैं दो के बाद बनना है अच्छा सलाम अलैकुम भाईजान दोस्तों को सलामती किया भाईजान
ਬਈਆਂ ਨਾਲ ਬਿਲਕੁਲ ਅਸਾਂ ਜ਼ਬਰਦਸਤ ਸਮੇਂ ਬੀਤਿਆ ਗੰਨੇ ਦੇ ਉੱਤੇ ਸ਼ਿਕਾਰ ਦੇ ਵਿੱਚ ਬਿਲਕੁਲ ਆਏ ਵਧੇ ਹਾਂ ਉਹਦੇ ਬਹੁਤ ਗੰਨੇ ਦਾ ਬਿਲਕੁਲ ਵਸੀਰ ਜ਼ਿਆਦਾ ਹੈ ਪਿਆ ਰਕਬਾ ਅਤੇ ਬਲਈ ਸਾਕੂ ਦੱਸੇ ਨੇ ਕਮਾਲ ਜ਼ਬਰਦਸਤ ਬਲਈ ਦੱਸੇ ਨੇ ਬਾਈ ਜਾਨ ਅਸਾਂ ਕੋਸ਼ਿਸ਼ ਜਿੱਦਾਂ ਬਲਈ ਨਿਕਲ ਪਵੇ ਤਾਂ ਜੋ ਸ਼ੁਗਲ ਚੜਵਾ ਚਰਚਾ ਚਵਾ ਗਿਨੂੰ ਬਈਆ ਕਿਉਂ ਸ਼ੁਗਲ ਛਡਾ ਦਾ ਇਹ ਪਿਆ ਬਈ ਜਾਨ ਇਹ ਸ਼ਿਕਾਰੀ ਜਿਹੜੇ ਪਿੱਛਾ ਆਇਨ ਪਏ ਪਿੱਛਾ ਦੀ ਵਜ੍ਹਾ ਤੋਂ ਸਾਨੂੰ ਅੱਗਾਂ ਪਿੱਛਾ ਤੈਅ ਕਰਨ ਸ਼ਿਕਾਰੀ ਚਲੋ ਅਸੀਂ ਇਹਨਾਂ ਕੋਲ ਆਦੇ ਗਣੇ ਅੱਗਾਂ ਦੀ ਜੁਲੋ ਔਰ ਮਜ਼ੇ ਦੀ ਗੱਲ ਹੈ ਬਈ ਜਾਨ ਸਾਡੇ ਇਕੱਠਿਆਂ 'ਚ ਬਈ ਸ਼ਗਾਦ ਵੇਲਾ ਮੁੰਡੇ ਵੀ ਸਮੇਂ ਪੀਤਾ ਸਾਰੇ ਨਾਲ ਇਹਨੂੰ ਪਏ ਉਹ ਸਾਈਡ 'ਤੇ ਵਧਣ ਤਾਂ ਉਹ ਵੀ ਸ਼ੁਗਲ ਕਰੇ ਨੇ ਵਧਣ ਸਾਰੇ ਨਾਲ ਨਾਲ ਬਈ ਜਾਨ ਅਸਾਂ ਇਹਦੇ ਵਧਿਆ ਹੈ ਅਤੇ ਕੋਸ਼ਿਸ਼ ਸਾਰੀ ਇਹ ਹੈ ਵੀ ਚਲੋ ਸ਼ੁਗਲ ਦਾ ਮਜ਼ਾ ਦੋਸਤਾਂ ਕੋਲ ਸਾਰਿਆਂ ਕੋਲ ਚਵਾਓ ਬਈ ਜਾਨ ਅਤੇ ਉਹਦੇ ਬਾਵਜੂਦ ਜਿਹੜੇ ਸਾਡੇ ਦੋਸਤ ਬਾਹਰ ਮੁਲਕ ਬੈਠਣ ਤਾਂ ਹੈ ਉਹ ਬਿਲਕੁਲ ਜਿਸਾਂ ਚਾਹੁੰਦੇ ਬੈਠਣ ਬਾਲ ਮੁਲਕ ਵਾਲੇ ਅਤੇ ਸਿਰਫ ਫਕਤ ਹੁੰਦੇ ਪਿਆ ਕਿੰਨੇ ਦੇ ਸੋਹਣਾ ਪਰਾਏ ਪਿਆ ਉਹ ਡਿੱਠੇ ਵੇ ਦਰਖਤ ਉੱਤੇ ਬੰਦਾ ਚੜਾ ਬੈਠੇ ਅਤੇ ਇਹਦੀ ਵੀ ਹਿੰਮਤ ਦੇ ਬਈ ਜਾਨ ਵਾਹ ਵਾਹ ਚੱਸਾਂ ਪਿਆ ਬਈ ਜਾਨ ਅਤੇ ਦੇਦੇ ਹਾਂ ਅੱਗਾਂ ਸ਼ੁਗਲ ਛਡਾ ਦਾ ਮਜ਼ਾ ਅਸੀਂ ਚੰਗਾ ਅਸੀਂ ਸ਼ੁਗਲ ਦੇਸੂ ਅਤੇ ਅੱਜ ਮਜ਼ੇ ਦੀ ਗੱਲ ਹੈ ਕਹਿੰਦਾ ਵਸੀਏ ਬਲਾਈ ਦੀ ਚੱਸ ਕਹਿੰਦੀ ਦੇਖ ਚਾਚੇ ਬੁੱਢੇ ਕੋ ਟੇਕਣ ਲੱਗਾ ਬੈਠੇ ਬਲਾਈ ਦੇ ਚੱਕਰਾਂ 'ਚ ਬੈਠੇ ਸੀ ਆ ਵਾਹ ਚਾਚਾ ਵਾਹ ਵਾਹ ਚਾਚਾ ਵਾਹ ਵਾਹ ਇਹ ਮਜ਼ਾ ਅਸੀਂ ਸ਼ੁਗਲ ਦਾ ਦੇਖਣ ਦਾ ਉਹਦੇ ਬਾਵਜੂਦ ਭਈਆਂ ਸ਼ਿਕਾਰ ਲੱਗ ਵਜੇ ਤਾਂ ਮਜ਼ਾ ਹੈ ਦੱਸਿਆ ਦਾ 10-12 ਬਲਾਈ ਬੈਠਣ ਦੀਆਂ ਉਹਦੇ ਬਾਅਦ 10-12 ਬਲਾਈ ਤੋਂ ਬਾਅਦ ਸਾਨੂੰ ਵੀ ਤਾਂ ਦੇ ਦਿਆਂ ਅਤੇ 10-12 ਬਲਾਈ ਸਾਕੂ ਲੱਗਦਾ ਜਾਂ ਨਹੀਂ ਲੱਗਦਾ ਕੂੜੇ ਅਤੇ ਪੇਰੇ ਮੈਂ ਖੁਦ ਡਿੱਠਣ ਆਪਣੇ ਹੱਥੇ ਨਾਲ ਪੇਰੇ ਸ਼ਿਕਾਰ ਦੇ ਉੱਤੇ ਚੰਗਾ ਪੇਰੇ ਹਨ ਪਾਏ ਔਰ ਸੋਹਣੇ ਪੇਰੇ ਹਨ ਪਾਏ ਦੇਖੋ ਬਾਅਦ ਜੀਦੀ ਹੈ ਸ਼ਹੀਦ ਬੋਲਿਆ ਜਨਾਬ ਸੀ ਵਿੱਚ ਪਰਾ ਰੀਤੀ ਵਧੇ ਪਰੇ ਦੇ ਹਕਲੀ ਵਧੇ ਸ਼ਿਕਾਰਿਆਂ ਕੋ ਦੇਖੋ ਮਜ਼ਾ ਤਾਂ ਆਸੀ ਸ਼ਿਕਾਰ ਦਾ ਸ਼ਿਕਾਰ ਉੱਠੀ ਪਿਆ ਸਾਕੂ ਵਿੱਚ ਲਕਸ਼ਰ ਦੌਰਾਂ ਵਿੱਚ ਬਾਹਰ ਦੌਰਾਂ ਲੱਗਦੀਆਂ ਨਹੀਂ ਬਈ ਜਾਨ ਸਾਕੂ ਕਿਉਂ ਬਾਹਰ ਦੌਰਾਂ ਹੀ ਨਹੀਂ ਲੱਗਦੀਆਂ ਅਤੇ ਸ਼ਿਕਾਰੀ ਵਨ ਟੂ ਆਲ ਬਈ ਜਾਨ ਗੰਨਾ ਵਸੀਏ ਪਿਆ ਗੰਨਾ ਜਿਹਦੇ ਵਿੱਚ ਤੋਂ ਅਤੇ ਜਿਹੜੇ ਦੋਸਤ ਸਾਡੇ ਬਾਹਰ ਮੁਲਕ ਸਾਡੇ ਨਾਲ ਅਟੈਚ ਰਹੇ ਮੇਰੇ ਨਾਲ ਅਸਾਂ ਉਹਨਾਂ ਕੋਲ ਮੋਸਟ ਵੈਲਕਮ ਆਉਂਦੀਆਂ ਉਹਨਾਂ ਕੋਲ ਕਮਾਲ ਮੁਹੱਬਤਾਂ ਆਉਂਦੀਆਂ ਬਈ ਜਾਨ ਔਰ ਮੁਹੱਬਤਾਂ ਤਾਂ ਉਹਨਾਂ ਦੀਆਂ ਹਨ ਪਈਆਂ ਬਈ ਜਾਨ ਸਾਡੀ ਵੀਡੀਓ ਕੋ ਲਾਈਕ ਕਰਨ ਸਬਸਕ੍ਰਾਈਬ ਕਰਨ ਹੈ ਬੋਡਾ ਹੇਕ ਸ਼ਿਕਾਇਤ ਨਾ ਮਰਦੇ ਹਨ ਬਿਹੋਸ਼ ਸਾਰੀ ਸ਼ਿਕਾਇਤ ਸਾਰੀ ਵੀਡੀਓ ਮੈਂ ਖਾਲੀ ਮੈਂ ਨਹੀਂ ਵਧੀ ਹੈ ਦੇਖੋ ਕੁੱਤਾ ਹੈ ਕਾਠਾ ਕੁੱਤਾ ਹੈ ਪਿਆ ਇੱਕ ਗੋਲਾ ਹੈ ਪਿਆ ਗੋਲਾ ਗੋਲਾ ਕੁੱਤਾ ਹੈ ਬੜਾ ਪਿਆਰਾ ਕੁੱਤਾ ਹੈ ਪਿਆ ਸਮਝ ਨਾ ਮੁਸ਼ਕਿਲ ਤਾਂ ਆਉਣਾ ਪਏ ਬੋਡੇ ਦੇ ਨਾਲ ਅਤੇ ਵਧੇ ਕੁੱਤਾ ਅਤੇ ਅਸਾਂ ਵਿੱਚੋਂ ਤੇਰੇ ਸਾਹਮਣੇ ਕੰਨੇ ਦੇ ਵਿੱਚ ਬੈਠੇ ਵਧੇ ਹੈ ਸ਼ਾਬਾਸ਼ ਸਹੀਦਾ ਸਾਹਿਬ ਭਜਨ ਗੰਨਾ ਹੈ ਅਸਾਂ ਵਿੱਚ ਅਸੀਂ ਗਿੱਧੀ ਵਜੇ ਸ਼ਹੀਦਾ ਬੋਲਾ ਸਾਡੇ ਅੱਗੋਂ ਅੱਗੋਂ ਨਾਲ ਅਕਲਾ ਗਿੱਧੀ ਵਜੇ ਸ਼ਾਬਾ ਸ਼ਹੀਦ ਬੋਲਾ ਸ਼ਾਬਾ ਸ਼ਾਬਾ ਸ਼ਹੀਦ ਬੋਲਾ ਚੱਸਣ ਤਰੀ ਤਾਂ ਚੱਸਣ ਸ਼ਹੀਦ ਬੋਲਾ ਮਜ਼ਾ ਲਈ ਵਜੇ ਸ਼ਹੀਦ ਬੋਲਾ ਭਜਨ ਗੰਨਾ ਹੈ ਬੜਾ ਔਖਾ ਗੰਨਾ ਹੈ ਡਿੱਠੇ ਵੇ ਤੇਰੇ ਸਾਹਮਣੇ ਝਾਰ ਬਈ ਜਾਨ ਬੋਲਾ ਮਜ਼ੇ ਦੀ ਗੱਲ ਹੈ ਗੰਨੇ ਡਰ ਵੱਡਾ ਲੱਗਦੀ ਸ਼ਾਬਾ ਸਹੀਦ ਬੋਲਾ ਸ਼ਾਬਾ ਸ਼ਾਬਾ ਬਈਨ ਮਜ਼ੇ ਦੀ ਗੱਲ ਹੈ ਡਰ ਬਹੁਤ ਲੱਗਦੇ ਗੰਨੇ ਦੇ ਵਿੱਚ ਗੰਨਾ ਦੇ ਵਿੱਚ ਇਹ ਬਲਾ ਪਿੱਛੋਂ ਨਾ ਪਵੇ ਅੱਗੋਂ ਨਾ ਪਵੇ ਡਰ ਡਰ ਤਾਂ ਲੱਗਦੇ ਬਾਬਾ ਚਲੋ ਵੀ ਇਹ ਥੋੜ੍ਹਾ ਬਾਲਾ ਪਿੱਛੇ ਬੰਦੇ ਕੋਲ ਇਤਿਹਾਸ ਕਰਨਾ ਪਾਉਂਦੇ ਇਤਿਹਾਸ ਤਾਂ ਕਰਨੇ ਹੈ ਚੱਸਾਂ ਚਾਹੁੰਦੇ ਹੈ ਉਹਦੇ ਬਾਵਜੂਦ ਅਸੀਂ ਹੁਣ ਨਾਲ ਨਾਲ ਬੰਦੇ ਇਵੇਂ ਹੈ ਪਿੱਛੋਂ ਡਰਦੇ ਫੁਰਦੇ ਭਜਦੇ ਵੇਨੇ ਹਾਂ ਅਸਾਂ ਅਸਾਂ ਆਖਦੇ ਹਾਂ ਚਲੋ ਵੀ ਇਹ ਨਾ ਹੋਵੇ ਸਾਰਾ ਨੁਕਸਾਨ ਨਾ ਥੀ ਆਵਾਂ ਜਾਏ ਅਤੇ ਦੋਸਤਾਂ ਕੋਲ ਫੱਕਾ ਦੋਨੇ ਪਿਆ ਡੋਰਾ ਨਾ ਆ ਸਕਣ ਬਲ ਜਿਹੜੇ ਮਲਿਕ ਮੁਸਤਫਾ ਘਰ ਦੇ ਸ਼ਿਕਾਰ ਦੇ ਜੁਲਸੂ ਤਾਂ ਕੁੱਤਾ ਡੋਰਾਂ ਦੇ ਚਾਸ ਚਵੇਸੂ ਸ਼ੁਗਲ ਦਿਖੇਸੂ ਅਤੇ ਕਮਾਲ ਮੁਹੱਬਤਾਂ ਉਸ ਤੋਂ ਜਾ ਪੋਣੀ ਆ ਸ਼ਿਕਾਰ ਖਿਲਵਾ ਸ਼ਿਕਾਰ ਦੇ ਤੇ ਪੈ ਹੁਣ ਗੁਲੇ ਦੇ ਪੈ ਦੇਖੋ ਅੱਲਾ ਖੈਰ ਕਰੇ ਗੱਲ ਸੁਣ ਸਭ ਸ਼ਿਕਾਰ ਦੇ ਦੇ ਗੁਲ ਕਰਵਾ ਸੁਣਦਾ ਪੈ ਮਿਹਰਬਾਨੀ ਹਾਲ ਵੀ ਲਾ ਕਰਨ ਦੇ ਪੈ ਤੇ ਗੱਲ ਇਹ ਚੀਜ਼ ਦੀ ਤੂੰ ਐ ਪੁਰਾਣਾ ਸ਼ਿਕਾਰੀ ਤੈ ਪਰਾ ਦੇਖੇ ਚਸ ਚਵਾਉਣੀ ਹੈ ਸ਼ਿਕਾਰ ਦੀ ਮੂਵੀ ਵਾਲਾ ਗੱਲ ਇਹ ਕਿ ਨਾ ਸੂਰ ਦੇ ਦੇ ਬੰਦਨ ਤੱਕ ਗੋਲ ਲੈਨੇ ਬਸ ਗੱਲ ਖਤਮ ਭਜਨ ਇਹ ਸਾਡਾ ਪੋਣੀ
शिकारी है पिया बहुत पुराना शिकारी है और पेरेदार जबरदस्त है इन्हें को खास ओरिजिनल पेंटर कुत्ते होने डू होने और जिन्हें वजह तो शिकार उन्होंने खेड़ दे और कमाल शिकार खेड़ दे और उनके बावजूद मजे की गल ये परहा दे उत्ते टिका के परहा दे परहा चंगा दे अल्लाह के हुक्म नाल ठीक है तू अपने सेटिंग कर ओके भाई जने जुलदे पैन हुन पौनी साहब हुनी जनाब से शिकार ते परहे दे उत्ते दे दे आए वाला भजन शिकार ते को घंडो के देखे